ਸਵਾਗਤ ਹੈ ਜੀ ਤੁਹਾਡਾ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਅੱਜ ਤੁਹਾਡਾ ਸਿਰਫ 1 ਮਿੰਟ ਲੈਣਾ ਜੀ ਕਿ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਕਰ ਦਿਆ ਕਰੋ, ਜੇ ਨਹੀਂ ਪਸੰਦ ਆਉਂਦੀ ਤਾਂ ਅਨਲਾਈਕ ਡਿਸਲਾਈਕ ਕਰਕੇ ਤੁਸੀਂ ਥੱਲੇ ਕਮੈਂਟ ਵਿੱਚ ਦੱਸ ਦਿਆ ਕਰੋ ਕਿ ਆਹ ਵਜ੍ਹਾ ਕਰਕੇ ਸਾਨੂੰ ਨਹੀਂ ਪਸੰਦ ਆਈ। ਅਤੇ ਜਿਹੜੀਆਂ ਨਵੀਆਂ ਵੀਡੀਓ ਮੈਂ ਡੇਲੀ ਅਪਲੋਡ ਕਰਦਾ, ਠੀਕ ਹੈ ਜੀ, ਉਹ ਤੁਹਾਡੇ ਕੋਲ ਪਹੁੰਚਦੀਆਂ ਰਹਿਣ, ਤਾਂ ਜਿਹੜਾ ਬੈੱਲ ਆਈਕਨ ਹੁੰਦਾ ਆਪਣਾ ਘੰਟੀ ਵਾਲੀ ਟੱਲੀ ਹੁੰਦੀ ਹੈ ਨਾਲ, ਉਹ ਤੁਸੀਂ ਦਬਾ ਦੇਣੀ ਹੈ, ਠੀਕ ਹੈ ਜੀ। ਸਾਰੇ ਟੀਚਰ ਹੋ ਜੀ, ਤੁਸੀਂ ਇੰਨਾ ਕੁਛ ਕਹਿਣ ਦੀ ਲੋੜ ਹੀ ਨਹੀਂ, ਠੀਕ ਹੈ ਜੀ, ਆਪਣੇ ਆਪ ਹੀ ਕਰ ਦਿਆ ਕਰੋ, ਠੀਕ ਹੈ ਜੀ। ਫਿਰ ਵੀ ਮੈਂ ਰਿਕੁਐਸਟ ਕਰਦਾ ਤੁਹਾਨੂੰ ਕਿ ਸਬਸਕ੍ਰਾਈਬਰ ਕੀਤਾ ਹੋਇਆ ਤੁਸੀਂ ਤਾਂ ਫਿਰ ਵੀ ਵੀਡੀਓ ਤੁਹਾਡੇ ਕੋਲ ਨਹੀਂ ਪਹੁੰਚ ਰਹੀਆਂ ਤਾਂ ਨਾਲ ਜਿਹੜਾ ਬੈੱਲ ਆਈਕਨ ਹੈ ਨਾ ਉਹਨੂੰ ਪ੍ਰੈਸ ਕਰ ਦਿਆ ਕਰੋ। ਕੋਈ ਇਹਦਾ ਚਾਰਜ ਤਾਂ ਹੈ ਹੀ ਨਹੀਂਗਾ, ਨਾ ਹੀ ਕੋਈ ਐਕਸਟਰਾ ਨੈੱਟ ਪੈਕ ਕਰਵਾਉਣਾ ਹੁੰਦਾ, ਠੀਕ ਹੈ ਜੀ। ਕਰਦੇ ਹਾਂ ਜੀ ਆਪਾਂ ਸ਼ੁਰੂ। ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਹੈ ਮੱਤੇ ਦੀ ਸਰਾਏ, ਅਤੇ ਜਿਹੜਾ ਹੈਗਾ ਤਰੀਕ ਹੈਗੀ ਹੈ ਜੀ ਇਹ ਯਾਦ ਕਰਨੀ ਆ, ਇਹ ਹੈਗੀ 31 ਮਾਰਚ 1704 ਈਸਵੀ ਵਿੱਚ ਹੋਇਆ ਜੀ, ਠੀਕ ਹੈ, ਯਾਦ ਕਰ ਲਿਓ ਜੀ, ਵੈਰੀ ਇੰਪੋਰਟੈਂਟ ਹੈ। ਅਗਲਾ ਹੈਗਾ ਜੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਹੋਈ ਸੀ 7 ਅਕਤੂਬਰ 1539। 1539 ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਆ, ਅਤੇ ਫਿਰ ਹੀ ਗੱਦੀ ਮਿਲੂਗੀ ਜੀ ਸਾਨੂੰ ਤਾਂ, ਠੀਕ ਹੈ ਜੀ, ਭੁੱਲਣ ਵਾਲੀ ਕੋਈ ਗੱਲ ਹੀ ਨਹੀਂ ਇਹਦੇ ਵਿੱਚ। 22 ਮੰਜੀਆਂ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ, ਠੀਕ ਹੈ ਜੀ, ਇਹ ਕੀਤੀ ਸੀ ਗੁਰੂ ਅਮਰਦਾਸ ਜੀ ਨੇ, ਠੀਕ ਹੈ ਜੀ। ਅਤੇ ਅਗਲਾ ਹੈਗਾ ਕਿਉਂਕਿ ਜੀ ਸਿੱਖਾਂ ਦੀ ਗਿਣਤੀ ਵੱਧ ਰਹੀ ਸੀ ਦਿਨੋਂ ਦਿਨ, ਸਾਰਿਆਂ ਨੂੰ ਠੀਕ ਹੈ ਜੀ ਪਰਸਨਲ ਤੌਰ 'ਤੇ ਮਿਲਣਾ ਔਖਾ ਸੀਗਾ ਜੀ, 22 ਮੰਜੀਆਂ ਸਥਾਪਿਤ ਕੀਤੀਆਂ, ਅਲੱਗ ਅਲੱਗ ਜਗ੍ਹਾ ਪ੍ਰਚਾਰ ਕਰਨ ਜਾਂਦੇ ਸੀ। ਗੁਰੂ ਅਰਜਨ ਦੇਵ ਜੀ ਦੇ ਪਿਤਾ ਕੌਣ ਸਨ? ਗੁਰੂ ਰਾਮਦਾਸ ਜੀ ਸੀਗੇ ਜੀ, ਠੀਕ ਹੈ, 5ਵੇਂ ਗੁਰੂ ਆ, 4ਵੇਂ ਗੁਰੂ ਜੀ ਪਿਤਾ ਸੀਗੇ। ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ, ਕਿੱਥੇ ਹੋਇਆ ਵਾਲੇ ਆਪਾਂ ਪ੍ਰਸ਼ਨ ਕੀਤੇ ਆ ਜੀ, ਠੀਕ ਹੈ, ਸੰਨਵਾਲ ਨਾਲ ਪਾਲਿਆ, ਠੀਕ ਹੈ ਜੀ, ਉਹ ਗੋਇੰਦਵਾਲ ਸਿੰਘ ਸਾਹਿਬ ਹੋਇਆ ਸੀਗਾ ਜੀ, ਠੀਕ ਹੈ, 15 ਅਪ੍ਰੈਲ 1563 ਈਸਵੀ ਵਿੱਚ ਹੋਇਆ ਸੀਗਾ ਗੋਇੰਦਵਾਲ ਸਾਹਿਬ, 15 ਅਪ੍ਰੈਲ 1563, 1563 ਯਾਦ ਕਰ ਲੈਣਾ, ਠੀਕ ਹੈ ਜੀ। ਅਗਲਾ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਕਦੋਂ ਸਮਾਏ, ਠੀਕ ਹੈ ਜੀ, 30 ਮਈ 1606, ਇਹ ਡੇਟ ਬਿਲਕੁਲ ਵੀ ਨਹੀਂ ਭੁੱਲਣੀ ਜੀ, ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਚਾਹੇ ਜਿੰਨੀ ਵਾਰ ਮਰਜ਼ੀ ਇਹ ਪ੍ਰਸ਼ਨ ਪੁੱਛਿਆ ਜਾ ਚੁੱਕਿਆ, ਫਿਰ ਵੀ ਇਸ ਨੂੰ ਆਪਣੇ ਟਿਪਸ 'ਤੇ ਰੱਖੋ ਜੀ, ਜਦੋਂ ਵੀ ਤੁਹਾਨੂੰ ਕੋਈ ਪੁੱਛੇ ਤੁਹਾਨੂੰ ਪਤਾ ਹੋਵੇ ਜੀ, ਸੋਚਣਾ ਨਾ ਪਵੇ। ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ, ਠੀਕ ਹੈ ਜੀ, ਇਹ ਕੀਤਾ ਗਿਆ ਸੀਗਾ ਜੀ ਲਾਹੌਰ, ਅਤੇ ਬਿਲਕੁਲ ਨਹੀਂ ਭੁੱਲਣਾ ਜੀ, ਠੀਕ ਹੈ, ਇਹ ਜਗ੍ਹਾ ਲਾਹੌਰ ਤੁਹਾਡੇ ਯਾਦ ਰਹਿਣੀ ਚਾਹੀਦੀ ਹੈ, ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਆ। ਬੀਬੀ ਅਮਰੋ ਅਤੇ ਬੀਬੀ ਅਨੋਖੀ ਕਿਸ ਗੁਰੂ ਜੀ ਦੀਆਂ ਸਪੁੱਤਰੀਆਂ ਸਨ ਸੀਗੀਆਂ, ਠੀਕ ਹੈ ਜੀ, ਇਹ ਸੀਗੀਆਂ ਜੀ ਸਾਡੇ ਗੁਰੂ ਅੰਗਦ ਦੇਵ ਜੀ ਦੂਸਰੇ ਗੁਰੂ ਜੀ ਆ ਉਹਨਾਂ ਦੀਆਂ ਬੇਟੀਆਂ ਸੀਗੀਆਂ ਜੀ। ਮਾਤਾ ਖੀਵੀ ਜੀ ਕਿਸ ਗੁਰੂ ਜੀ ਦੀ ਸੁਪਤਨੀ ਸਨ? ਗੁਰੂ ਅੰਗਦ ਦੇਵ ਜੀ ਆ, ਠੀਕ ਹੈ ਜੀ, ਉਹਨਾਂ ਦੇ ਪਤਨੀ ਜੀ ਸੀ, ਅਤੇ ਲੰਗਰ ਦਾ ਜਿਹੜਾ ਵੀ ਕੰਮ ਸੀਗਾ ਸਾਰਾ ਮਾਤਾ ਖੀਵੀ ਜੀ ਕਰਦੇ ਸੀ। ਅੱਗੇ ਹੈਗਾ ਜੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ? ਚਲੋ ਜੀ ਇਹ ਤੁਹਾਨੂੰ ਆਉਂਦਾ ਸੀ, ਭਾਈ ਲਹਿਣਾ ਜੀ। ਅਗਲਾ ਹੈਗਾ ਕਿ 84 ਪੌੜੀਆਂ ਵਾਲੀ ਬੌਲੀ ਦਾ ਨਿਰਮਾਣ ਕਿਸ ਗੁਰੂ ਨੇ ਕਰਵਾਇਆ ਸੀ? ਇਹ ਕਰਵਾਇਆ ਸੀਗਾ ਜੀ ਗੁਰੂ ਅਮਰਦਾਸ ਜੀ ਨੇ। ਬੌਲੀ ਵਾਲੇ ਆ ਜੀ ਦੋ ਸਵਾਲ ਇਹਦੇ ਵਿੱਚ ਪਾਏ ਹੋਏ ਆ, ਇੱਕ ਲਾਸਟ 'ਤੇ ਆ, ਉਹ ਦੇਖਿਓ ਧਿਆਨ ਨਾਲ, ਨਹੀਂ ਜੀ ਉਹ ਅਗਲੀ ਵੀਡੀਓ ਦੇ ਵਿੱਚ ਆ, ਇਹਦੇ ਵਿੱਚ ਨਹੀਂਗਾ, ਠੀਕ ਹੈ ਜੀ, ਉਹ ਲਾਹੌਰ ਵਾਲੀ ਬੌਲੀ ਆ, ਇਹ 84 ਪੌੜੀਆਂ ਵਾਲੀ ਬੌਲੀ ਆ, ਇਹ ਗੁਰੂ ਅਮਰਦਾਸ ਜੀ ਨੇ ਇਹਨਾਂ ਦਾ ਜਿਹੜਾ ਸੀਗਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਸੀ। ਕਿਸ ਮੁਗਲ ਬਾਦਸ਼ਾਹ ਨੇ ਗੁਰੂ ਅੰਗਦ ਦੇਵ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਸੀ? ਠੀਕ ਹੈ ਜੀ, ਆਸ਼ੀਰਵਾਦ ਲਿਆ, ਇਹ ਸੀਗੇ ਜੀ ਬਾਦਸ਼ਾਹ ਹਮਾਯੂ ਸੀਗੇ ਜੀ, ਆਸ਼ੀਰਵਾਦ ਲੈਣ ਆਏ ਸੀ ਗੁਰੂ ਅੰਗਦ ਦੇਵ ਜੀ ਤੋਂ, ਬਾਅਦ ਦੇ ਵਿੱਚ ਆਸ਼ੀਰਵਾਦ ਲਿਆ ਸੀਗਾ ਜੀ, ਪਹਿਲਾਂ ਤਾਂ ਤਲਵਾਰ ਕੱਢ ਕੇ ਮਾਰਨਾ ਹੀ ਚਾਹਿਆ ਸੀਗਾ, ਠੀਕ ਹੈ ਜੀ, ਫਿਰ ਉਹਨਾਂ ਨੇ ਕਿਹਾ ਕਿ ਜਦੋਂ ਤੂੰ ਸ਼ੇਰ ਸ਼ਾਹ ਸੂਰੀ ਦੇ ਨਾਲ ਲੜ ਰਿਹਾ ਸੀ ਉਦੋਂ ਤੇਰੀ ਤਲਵਾਰ ਕਿੱਥੇ ਸੀ, ਠੀਕ ਹੈ ਜੀ, ਫਿਰ ਹਮਾਯੂ ਨੂੰ ਸ਼ਰਮਿੰਦਗੀ ਹੋਈ ਤਾਂ ਗੁਰੂ ਅੰਗਦ ਦੇਵ ਜੀ ਤੋਂ ਫਿਰ ਆਸ਼ੀਰਵਾਦ ਲਿਆ। ਗੁਰੂ ਅਮਰਦਾਸ ਜੀ ਕਿੰਨੇ ਵਰਿਆਂ ਦੀ ਉਮਰ ਵਿੱਚ ਗੁਰੂ ਬਣੇ ਜੀ? ਇਹ ਬਣੇ ਸੀ ਜੀ 73 ਸਾਲ ਦੀ ਉਮਰ ਵਿੱਚ ਬਣੇ ਸੀ ਗੁਰੂ, ਠੀਕ ਹੈ ਜੀ, ਕਾਫੀ ਵੱਡੀ ਉਮਰ ਹੈ, ਇਸ ਕਰਕੇ ਇਹ ਪ੍ਰਸ਼ਨ ਬਣ ਜਾਂਦਾ, ਕਾਫੀ ਬਜ਼ੁਰਗ ਅਵਸਥਾ ਦੇ ਵਿੱਚ ਸੀ, ਬਿਰਧ ਅਵਸਥਾ ਦੇ ਵਿੱਚ, ਫਿਰ ਵੀ ਉਹਨਾਂ ਨੇ ਜੋ ਕਾਰਜ ਕੀਤੇ ਤੁਸੀਂ ਹੈਰਾਨ ਹੋ ਜਾਓਗੇ ਦੇਖ ਕੇ ਕਿ ਇੰਨੇ ਕਾਰਜ ਕੀਤੇ, ਸਤੀ ਪ੍ਰਥਾ, ਜਾਤ ਪਾਤ, ਲੰਗਰ ਪ੍ਰਥਾ, ਮੰਜੀ ਸਥਾਪਨਾ, ਠੀਕ ਹੈ ਜੀ, ਕਾਫੀ ਹੈ ਜੀ, ਕਰਾਂਗੇ ਆਪਾਂ ਅਲੱਗ ਅਲੱਗ ਪਾਰਟ ਦੇ ਵਿੱਚ, ਵੀਡੀਓ ਲੰਮੀ ਨਾ ਹੋ ਜਾਵੇ,
थोड़ी थोड़ी डिस्कस करांगे कि तुहाडे याद रहे प्रश्न। दासू अते दातू किस गुरु के पुत्र सन? गुरु अंगद देव जी के सपुत्र सन जी। ठीक है, ये आ गया सीगा जी प्रश्न। हुण शायद वो बीटियां वाला आ सकता है। अकबर ने किस गुरु नू दरबार में बुलाया सी? गुरु अमरदास जी ने बुलाया सीगा जी। इन्होंने जात पात के विरुद्ध काफ़ी काम किया, उन्होंने बुराई को खत्म करने के लिए, सती प्रथा को खत्म करने के लिए, बाल विवाह को, ठीक है जी, ते त्यौहारों को मनाने के संबंधी काफ़ी सुधार किए। तो जोड़े उस समय के कट्टरवादी सके लोग, उन्होंने सोचा कि जे ये गुरु आ साडे धर्म के विरुद्ध चल रहे हैं, तो अकबर के कोल जाके शिकायत लाती, ठीक है जी। तो पर अकबर ने जदों पता किया कि इन्हें जिन्ना कोई महान इंसान नहीं, ठीक है जी, तो फिर कोई एडी गलबात नहीं हुई, ठीक है जी, आपसी प्रेम आ जोड़ा बनया रहा। गोविंद राय किस गुरु के बचपन का नाम सी? वो सीगा जी, याद होना, प्रेशर पाने की लोड़ नहीं सी, गुरु गोबिंद सिंह जी, ठीक है जी। ओके जी, तुहाडा बहुत बहुत धन्यवाद जी। वीडियो नू सुबह खाली पेट लै लिया करो जी, ठीक है, रात में सौन वेले, रोटी तो बाद, सौन तो पहला, रोटी तो बाद दुध ना लै लिया करो।